देखिए यहाँ पर कुछ भी नहीं और यहाँ पर है फराटेदार पानी जाता हुआ। कड़ी नत्तरां दी बैरियां दा साल आ गया, हट पिछे हट ताली आल आ गया। हेलो जी, की हाल चाल, मैं तुहाडा अपना हरपाल धालीवाल। ते अज मित्रो आपां घूमणा है एक जंगले सैफां जिते नदी दे उत्तों दी नदी निकलदी गई, फिर उहदे बाद चो जाणा है एक बंबी ते जावांगा नहाउण जे रब ने सुख रखी। पहिलां आपां सुल्ताना ते जाणा है। हां, सुल्ताना डाकू दी जगह है, सुल्ताना डाकू बड़ा फेमस डाकू रहिंदा है, कहिंदे अंग्रेजां दे टाइम दा रोबिन हुड। ते सारियां चीजां व्लॉग वेखोगे तां समझ आउणियां। लो भाई, सौदा पत्ता पूरा तैयार हो गया वा। चलो इसी के साथ भारतीय टीम सैफन को रवाना होती हुई, देखते हैं ये दौरा कैसा रहता है इनका। कल निराशा प्राप्त हुई थी इनको पिछले दौरे से, जो क्रोकोडाइल पार्क में गए थे ये, लेकिन आज देखते हैं क्या करते हैं। उम्मीद तो खासा है कि मनोरंजन होगा, लेकिन अगर पानी नहीं फिरा रातों पे तो काफ़ी मज़ा आने वाला है। बाकी आप देखते हैं अगले ब्लॉग में क्या होता है। इसी में ਆਖੜੀ ਜਗ੍ਹਾ ਤੇ ਦੱਸ ਕਿਹੜੀ ਏ? ਜਗ੍ਹਾ ਦਾ ਨਾਮ ਹੈ ਸੈਫਨ। ਸੈਫਨ ਤੇ ਇਹ ਜਿਹੜਾ ਸਾਰਾ ਕੁਝ ਬਣਾਇਆ ਹੋਇਆ ਅੰਗਰੇਜ਼ਾਂ ਦਾ ਵਾ। ਅੱਛਾ, ਜਿਹੜਾ ਇਧਰੋਂ ਗੰਦਾ ਪਾਣੀ ਜਿੰਨਾ ਵੀ ਫੈਕਟਰੀਆਂ ਦਾ ਆਉਂਦਾ ਸੀ 100 150 ਸਾਲ ਪਹਿਲਾਂ 200 ਸਾਲ ਪਹਿਲਾਂ ਜਿੰਨਾ ਵੀ ਸੀ, ਉਹ ਅੰਗਰੇਜ਼ਾਂ ਨੇ ਸਾਰਾ ਆ ਬਣਾ ਕੇ ਨਦੀ ਇੱਕ ਦੇ ਉੱਤੋਂ ਕੱਢਤਾ। ਠੀਕ, ਆ ਗੰਦਾ ਪਾਣੀ ਤੁਸੀਂ ਵੇਖ ਸਕਦੇ ਜੇ ਕਾਲਾ ਕਾਲਾ ਪਾਣੀ ਆ, ਤੇ ਜਿਹੜਾ ਸਾਫ਼ ਪਾਣੀ ਆ ਉਹ ਤੁਹਾਡੇ ਥੱਲੇੋਂ ਜਾਂਦਾ ਇਸ ਟਾਈਮ। ਇਹਦੇ ਥੱਲੇ ਜਾਣ ਰਿਹਾ? ਹਾਂਜੀ, ਇੱਥੇ ਇੱਕ ਨਦੀ ਆ, ਤੇਰੇ ਪੈਰਾਂ ਥੱਲੇ ਇੱਥੇ ਜਾਂਦਾ ਇਸ ਟਾਈਮ। ਅਤੇ ਆ ਗੱਲ ਕਿੱਦਾਂ ਮੰਨਾਂ ਮੈਂ? ਆ ਗੱਲ ਇਦਾਂ ਮੰਨਦੇ ਆ, ਉੱਤੇ ਵਿਖਾਈ ਜਾਏਗੀ। ਤੇ ਓਏ ਆ ਯਾਦ ਕੀਤਾ ਕਿ ਉਦਾਂ ਹੀ ਬਚਪਨ ਤੋਂ ਆ ਕੇ ਨਹੀਂ ਰਿਹਾ ਸੈਲੋ ਕੀ ਤੈਨੂੰ ਤੇਜ਼ ਤੇਜ਼ ਬੋਲਿਆ ਤੇ ਕੀ ਕੀ ਦਿਖਦਾ ਯਾਦ ਕੀ ਕਰਨਾ ਮਾੜਾ ਮੋਟਾ। ਆ ਇੱਥੇ ਲੋਕੀ ਕਿੱਦਾਂ ਨਾਮ ਨੂੰ ਲਿਖ ਕੇ ਗਏ ਨੇ। ਇੰਨੀ ਕਾਦੀ ਛੇਤੀ ਤੁਹਾਨੂੰ ਕਾਦੀਆਂ ਕਾਲੀਆਂ ਨੇ, ਇੰਨੀਆਂ ਕਾਲੀਆਂ ਨੇ, ਆਪ ਹੀ ਜਾ ਪੈਣਾ ਹੌਲੀ ਹੌਲੀ ਜੁੜੇ ਕੇ ਮੈਂ ਲੱਗਿਆ। ਹਾਂ ਸਾਨੂੰ ਕੋਈ ਕਾਲੀ ਨਹੀਂ ਆਈ ਫਿਰ ਵੀ ਜਾ ਪੈਣ ਲੱਗੇ ਹਾਂ। ਤੇ ਵੇਖੋ ਬਹੁਤ ਜ਼ਿਆਦਾ ਟ੍ਰਿਕੀ ਕੰਮ ਇੱਥੇ, ਨਦੀ ਦੇ ਉੱਤੋਂ ਦੀ ਨਦੀ ਨਾ ਜਾ, ਹਲਕੇ ਹੀ ਹੁੰਦੇ ਨੇ ਅੰਗਰੇਜ਼ਾਂ ਦੇ ਬਣੇ ਹੋਏ ਆ, ਆਪਾਂ ਤਾਂ ਅੰਗਰੇਜ਼ ਤੋਂ ਘੱਟ ਹੈ ਵੀਰ। ਚੁੱਕਿਆ ਵੀ ਨਹੀਂ ਜਾਣਾ ਇੱਕਦਮ, ਅਤੇ ਮੈਂ ਬਚਾਉਣ ਤੇ ਨਹੀਂ ਹੋ ਲੱਗਾ ਤੈਰਨ ਦਾ, ਮਤਲਬ ਇਹ ਤਾਂ ਨਹੀਂ ਕਿ ਮੈਂ ਤੈਨੂੰ ਬਚਾਉਣਾ ਆਊਂਗਾ। ਪਾਣੀ ਬੜਾ ਤੇਜ਼ ਤੇ ਯਾਰ ਹੋਣੀ ਮੌਤ ਦੇ ਮੂੰਹ 'ਚ ਜਾਣ ਡੇ ਨੇ ਇਸ ਟਾਈਮ, ਕਿਸ ਟਾਈਮ ਯਾਰ ਟੁੱਟ ਸਕਦੀ ਏ ਅਤੇ ਆਪਣਾ ਘੜੇ 'ਚ ਗੁੱਲਾ ਠਾ ਹੋ ਸਕਦਾ ਇੱਧਰ। ਲੇਕਿਨ ਨਾਲੇ ਆਹ ਦੱਸ ਦਈਏ, ਆ ਜਿਹੜਾ ਕਾਲਾ ਪਾਣੀ ਹੋਣ ਡਿਆ ਨਾ, ਇਹ ਕੱਲ੍ਹ ਜਿਹੜਾ ਮਗਰਮੱਛ ਵਾਲੀ ਨਹੀਂ ਸੀ ਜਿਹੜੀ ਲਾਸਟ ਵਲੋਗ 'ਚ ਤੁਸੀਂ ਵੇਖਿਓ ਨਾ, ਆਪਾਂ ਮਗਰਮੱਛ ਵਾਲੇ ਉੱਧਰ ਗਏ ਹਾਂ ਵੇਖਣ, ਅਤੇ ਉਹ ਜਿਹੜੀ ਮਗਰਮੱਛ ਵਾਲੀ ਨਦੀ ਸੀ ਉਹ ਵਾਲੀ ਇਹਨਾਂ ਨੇ ਉੱਤੋਂ ਦੀ ਪਾਸ ਕੀਤੀ ਏ। ਪਹਿਲਾਂ ਮਤਲਬ ਆਵਲੀ ਜਾਂਦੀ ਸੀ, ਫਿਰ ਉੱਤੋਂ ਦੀ ਉਹਨਾਂ ਨੇ ਬਾਈਪਾਸ ਬਣਾ ਤੀ, ਅਤੇ ਹੁਣ ਸੋਚ ਆਇਆ ਕਿ ਇੱਧਰ ਤੀਜੀ ਨਦੀ ਵੀ ਹੈਗੀ ਹੈ। ਪੌੜੀ ਯਾਰ ਤਗੜੀ ਟੈਕਨੀਕ ਲਾਈ ਅੰਗਰੇਜ਼ਾਂ ਨੇ। ਆਹ ਵੇਖੋ ਉੱਧਰੋਂ ਦੀ ਆਉਂਦੀ ਜੇ ਇੱਕ ਹੋਰ, ਬਹੁਤ ਯਾਰ ਕ੍ਰੋਕੋਡਾਇਲ ਵਗੈਰਾ ਵੀ ਆ ਜਾਂਦੇ ਨੇ ਜਦੋਂ ਠੰਡਾ ਦਾ ਟਾਈਮ ਹੁੰਦਾ ਵਾ, ਹਜੇ ਤਾਂ ਪਾਣੀ ਘੱਟ ਹੈ ਗਰਮੀ ਦੇ ਕਾਰਨ ਨਹੀਂ ਆਉਂਦੇ। ਯਾਰ ਇੱਕ ਹੋਰ ਜਾਣ ਡੀ ਉੱਧਰੋਂ ਦੀ ਨਦੀ ਉੱਤੇ, ਮਤਲਬ ਆਹ ਪੂਰਾ ਪੁੱਲ ਬਣਿਆ ਵਾ ਅਤੇ ਆਹ ਪੂਰੇ ਥੱਲੋਂ ਦੀ ਪਾਣੀ ਪਾਣੀ ਜਾਣ ਡਿਆ ਜੇ ਇਹਦੇ। ਵੈਸੇ ਅੰਗਰੇਜ਼ ਜਿਹੜਾ ਕੰਮ ਕਰ ਗਿਆ ਉਹ ਹੋਣਾ ਨਹੀਂ ਖੇਕੋ ਪੱਕੀ ਹੈ ਜੀ। ਉਹ ਕਿੰਨੇ ਕੁ ਸਾਲ ਪੁਰਾਣੀ ਹੋਣੀ ਆ ਅੰਗਰੇਜ਼ਾਂ ਵੇਲੇ ਦੀ? ਉਹ ਜਿੱਦਾਂ ਉਹ ਗੋਨਿਆਂ ਵਾਲਾ ਕਹਿੰਦਾ ਉੱਚੀ ਆ ਵੇਲੇ ਅੰਗਰੇਜ਼ਾਂ ਵੇਲੇ ਦੀ। ਤੁਸੀਂ ਵੇਖ ਸਕਦੇ ਜੀ ਇੱਕ ਸਾਈਡ ਤੇ ਕਾਲਾ ਪਾਣੀ ਜਿੰਨਾ ਵੀ ਆਉਂਦਾ ਗੰਦਾ ਫੈਕਟਰੀਆਂ ਦਾ ਜੋ ਨਾਲਿਆਂ ਦਾ, ਇਹ ਅੰਗਰੇਜ਼ਾਂ ਦੇ ਟਾਈਮ ਦੇ ਪੁੱਲ ਨੇ ਜੋ ਬਣਾਏ ਹੋਏ ਉਹਨਾਂ ਦੇ ਟਾਈਮ ਦੇ, ਅਤੇ ਉਹਨਾਂ ਨੇ ਇੰਨਾ ਵਧੀਆ ਦਿਮਾਗ ਲਾਇਆ ਸੀ ਕਿ ਜਿਹੜਾ ਗੰਦਾ ਪਾਣੀ ਸਾਰਾ ਇੱਕ ਸਾਈਡ 'ਤੇ ਕੱਢਿਆ ਸੀ ਅਤੇ ਜਿੰਨਾ ਵੀ ਸਾਫ਼ ਪਾਣੀ ਸ਼ਹਿਰ ਦਾ ਨਦੀ ਤੋੜ ਕੇ ਉਹਨਾਂ ਨੇ ਸਾਫ਼ ਪਾਣੀ ਇੱਧਰ ਨੂੰ ਕੱਢਿਆ ਸੀ। ਦਿਮਾਗ ਵੇਖ ਸਕਦੇ ਤੁਸੀਂ ਅੰਗਰੇਜ਼ਾਂ ਓਏ 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 ਮਜ਼ਾ ਆ ਗਿਆ ਤੰਦਾ ਮਰ ਗਈ।
तेनू कड़ा सुटन लगे छोड़ता तो कोई भी नहीं गा। देखिए यहाँ पर कुछ भी नहीं और यहाँ पर है फराटेदार पानी जाता हुआ। निकल गया निकल गया निकल गया। ओ भैया दिमाग लाया ग्रुप के मैंबर जिन्होंने आना पसंद नहीं किया इना रस्ता तय नहीं किया बह के खाई पी जाने लेकिन अहीं तो हुण घूमांगे फिर सारा ही तुहानूं पता ही अपना बच्चियां नहाती हुई रुक जाइए रुक जाइए। बी राम गढ़िया जी जरा जरा रुक जाइए जरा चलिए। और यहाँ पर बंद होती हुई स्प्लेंडर बड़े आराम से जाते हुए कोई खतरा नहीं यहाँ पर ना किसी जानवर का ना किसी इंसान का। जिंदगी हो तो ऐसी ऐसी वाह वाह ऐसी हो ऐसी हो कोई इन्हें मतलब नहीं अपने भी इदा ही है तू ही भी इदा ही पे रहते हो दिन रात पानी ची। अरे बच गए पाई जे कि पैदल होते तो जफिया पौनिया ही उन्हें कुछ नहीं आ बड़े न्याण वाले काम तुम वधिया लगन डे ने कोई मजा आया कोई तारीफ करेगा ताड़ी की है ना मौसम ठंडा इतने जगह वधिया यार ते यार उत्थे ना जदों मोटरसाइकिल ते बह के एकदम तुरे ते साडे लागो दी गो निकली हड्डियां चीका निकल गया जे किते पैदल हुंदे फिर खतरा सीगा फिर उन्हें वधिया करके पौनी है लेकिन बचते हुए यहाँ पर तो ये है मुश्किल से बचे हैं वहाँ पे वो की मौजूदगी में मोटरसाइकिल वहां से निकालना भारी पड़ सकता था इनको लेकिन लेकिन बहुत ही अच्छे तरीके से निकाल दिया अच्छे तरीके से मान लिया कि भगवान जब मेहरबान थे तो कुछ नहीं हो सकता कुछ नहीं हो सकता बस यही बात ओए अनमोल होते गो एडी तगड़ी शर्मा शर्मा ओनी मगर मैं समझ लो यार तू क्या मार छो और तेरे भी डर गया पाला पाला भी ओ पाला डर गया इथे पाला भैया डरते हुए वहां पे पार्टी मनाना इन्हे सारे जने पार्टी 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 अरे बिरयानी ले गया चल फिर करती करती मोटरसाइकिल वे ऐ मोटरसाइकिल कटी दी चलो किधर जा किधर रहे हो वो मजा हमें नहीं अच्छा चलो चलो शानदार करती उन्होंने मिट्टा चौंती सारिया जगू कितने तेरे को एक मोटरसाइकिल नहीं निकली स्कूटियां तो करती उन्होंने ਇਹਦੇ ਵਾਲੇ ਕੁੜਤਾ ਪਜਾਮਾ ਪਾ ਕੇ ਕਿਵੇਂ ਲੱਗਾ ਜੇ ਵਿੱਚੋਂ ਵਿੱਚ ਜਾਣ ਨੂੰ ਮੋਟਰਸਾਈਕਲ ਤੇ ਬਹਿ ਕੇ ਵੀ ਜਾ ਸਕਦਾ ਸੀ ਆਪਣੇ ਬੰਦਿਆਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਗਾ ਇਹਨਾਂ ਨੂੰ ਪੈਪਸੀ 2 ਲੀਟਰ ਲਿਆ ਦਿਓ ਤੇ ਬਸ ਫਿਰ ਪਿਆਈ ਜਾਓ ਜਦ ਤੱਕ ਮੁੱਕਦੀ ਨਹੀਂ ਤੂੜੀ ਪੋਣ ਆਇਆ ਤੂੰ ਇੱਥੇ ਕੀ ਕਰਨ ਲੱਗਾ ਪਚਾਂਗਲਾ ਕਰੋ ਲੈ ਗਿਆ ਕਿ ਨਹੀਂ ਲੈ ਗਿਆ 2 ਕਿਲੋ ਲੱਗ ਦਿਹਾੜੀ ਚੱਲ ਲੋ ਸਾਡੇ ਨਾਲ 2 ਮਿੰਟ ਰੁਕ ਜਾਓ ਹੋਰ ਵੀਰ ਭਾਈ ਕੇ ਯਹਾਂ ਪੇ ਪੈਰ ਪੇ ਸੇ ਖੂਨ ਆਤਾ ਹੁਆ ਜੋਖਿਮ
पूरा चोटिल झुकी बड़ा सवाल हो सकता है इनके लिए आने वाली श्रृंखलाओं में इनका आने वाली श्रृंखला में बाहर हो सकते हैं भारतीय टीम से ये नुकसान उठाना पड़ सकता है इनको लात पर चोट लगना काफी बड़ा सवाल है पूरी टीम भारत के लिए भारतीय टीम के लिए ऑलराउंडर बल्लेबाज गेंदबाज के रूप में ब्लॉगर के रूप में हो सकता है दो चार दिन के लिए भाई हैंडल नहीं मुड़ना बारह मल दौरे के लिए भारतीय टीम रवाना कई हैंडल नहीं मुड़ना थोड़ा थोड़ा पीछे चलो चलो आ जाओ आ जाओ सुल्ताना डाकू की कोठी ते अंग्रेजा ने पुल तोड़िया ही आपां उत्थे चलिया।